ਦੂਜੇ ਬੰਨੇ ਦੀ ਚੜ੍ਹ ਕੇ ਕੋਠੇ 'ਤੇ ਚੜ੍ਹੇ ਮੌਂਟੀ 'ਤੇ ਅਤੇ ਮੌਂਟੀ 'ਤੇ ਚੜ੍ਹ ਕੇ ਵੇਖਿਆ ਬੂਹਾ ਖੁੱਲ੍ਹਾ, ਸ਼ੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ। ਕਰਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਹੋਈ, ਇਕੱਲੇ ਇਕੱਲੇ ਕੱਪੜੇ ਨੂੰ ਮੋਟਰਸਾਈਕਲ 'ਤੇ ਸਾਈਕਲ ਤੇਲ ਮੋਟਰਸਾਈਕਲ 'ਚੋਂ ਕੱਢ ਕੇ ਬੈੱਡਾਂ ਨੂੰ ਖੋਲ੍ਹ ਖੋਲ੍ਹ ਕੇ ਲੰਬਾਰੀਆਂ 'ਚ ਅੱਗ ਲਾ ਕੇ ਗਏ। ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ, ਮੇਰੇ ਬੇਟੇ ਨੇ, ਉਹ ਉਹਨਾਂ ਦੀ ਸ਼ਾਦੀ ਹੋ ਗਈ ਆ, ਉਹ ਕੋਰਟ ਮੈਰਿਜ ਉਹਨਾਂ ਦੀ ਹੋ ਚੁੱਕੀ ਆ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਦੀ ਕੋਰਟ ਮੈਰਿਜ ਹੋ ਗਈ ਆ, ਉਹ ਮੁੰਡਾ ਜੇਲ੍ਹ 'ਚੋਂ ਆਇਆ, ਆਣ ਕੇ ਉਹਨੇ ਇਹ ਤਰ੍ਹਾਂ ਦੇ ਹੀ ਕੰਮ ਕੀਤਾ। ਭੂਰੇ ਗਿੱਲ ਪਿੰਡ ਆ, ਨਾਂ ਮੇਰਾ ਵਿਲਸਨ ਆ। ਅਸੀਂ ਚਮੈਰੀ ਚਰਚ ਦੇ ਵਿੱਚ ਕੱਲ੍ਹ ਗੁੱਡ ਫਰਾਈਡੇ ਸੀ, ਸਾਰਾ ਦਿਨ 5:30 ਅਸੀਂ ਚਰਚ ਤੋਂ ਛੁੱਟੇ ਹਾਂ। ਚਰਚ ਤੋਂ ਛੁੱਟ ਕੇ ਅਸੀਂ ਜਿਹੜਾ ਚਮੈਰੀ ਪੈਰਿਸ਼ ਆ ਉੱਥੇ ਮੇਰੇ ਸਹੁਰੇ ਆ, ਮੈਂ ਰਾਤ ਉੱਥੇ ਰਹਿ ਪਿਆ, ਥੱਕੇ ਹਾਂ, ਅਸੀਂ ਉੱਥੇ ਸੌਂ ਗਏ। ਸੁਬਾਹ 6 ਵਜੇ ਅਸੀਂ ਆਏ ਹਾਂ, ਜਦੋਂ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਸੀਂ ਮੇਨ ਬੂਹਾ ਖੋਲ੍ਹਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ। ਸਾਨੂੰ ਸ਼ੱਕ ਪਿਆ ਕਿ ਅਸੀਂ ਇਹ ਕੁਝ ਹੈਗਾ ਅੰਦਰ, ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ। ਫਿਰ ਅਸੀਂ ਕੋਸ਼ਿਸ਼ ਕੀਤੀ, ਅਸੀਂ ਦੂਜੇ ਬੰਨੇ ਦੀ ਚੜ੍ਹ ਕੇ ਕੋਠੇ 'ਤੇ ਚੜ੍ਹੇ ਮੌਂਟੀ 'ਤੇ ਅਤੇ ਮੌਂਟੀ 'ਤੇ ਚੜ੍ਹ ਕੇ ਵੇਖਿਆ ਬੂਹਾ ਖੁੱਲ੍ਹਾ, ਸ਼ੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ। ਦਾਖਲ ਹੋ ਕੇ ਇਹਨਾਂ ਨੇ ਅੰਦਰੋਂ ਅੱਗ ਲਾ ਕੇ ਸਾਰੇ ਬੈੱਡ ਅਲਮਾਰੀਆਂ ਸਾਰੀਆਂ ਉਹਨਾਂ ਨੇ ਖੋਲ੍ਹ ਖੋਲ੍ਹ ਕੇ ਵਿੱਚ ਉਹਨਾਂ ਦਾ ਰਾਡ ਆ ਸੱਬਲ, ਉਹਦੇ ਨਾਲ ਉਹਨਾਂ ਨੇ ਪੱਟਿਆ, ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਸੀ ਕਿੱਟ 'ਚ, ਜੋ ਮੇਰਾ ਬ੍ਰੀਜ ਕੇਸ ਸਮਾਨ LCD ਵਗੈਰਾ ਲਾ ਕੇ ਲੈ ਗਏ ਆ। ਕਰਦਾ ਸਾਰਾ ਸਮਾਨ, ਸਾਰਾ ਸਾੜਤਾ ਜੀ ਸਾਰਾ, ਕੋਈ ਇੱਕ ਚੀਜ਼ ਨਹੀਂ ਹੋਈ। ਇਕੱਲੇ ਇਕੱਲੇ ਕੱਪੜੇ ਨੂੰ ਮੋਟਰਸਾਈਕਲ 'ਤੇ ਸਾਈਕਲ ਤੇਲ ਮੋਟਰਸਾਈਕਲ 'ਚੋਂ ਕੱਢ ਕੇ ਬੈੱਡਾਂ ਨੂੰ ਖੋਲ੍ਹ ਖੋਲ੍ਹ ਕੇ ਲੰਬਾਰੀਆਂ 'ਚ ਅੱਗ ਲਾ ਕੇ ਗਏ ਆ। ਕੀ ਪੁਰਾਣੀ ਰੰਜਿਸ਼ ਸੀ ਕੋਈ ਜੀ? ਸਰ ਜੀ, ਉਹ ਪੁਰਾਣੀ ਰੰਜਿਸ਼ ਜੀ। ਹਾਂਜੀ, ਕੀ ਕੌਣ ਬੰਦੇ ਆ? ਉਹਨਾਂ ਦੇ ਮੁਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ, ਮੇਰੇ ਬੇਟੇ ਨੇ, ਉਹ ਉਹਨਾਂ ਦੀ ਸ਼ਾਦੀ ਹੋ ਗਈ ਆ, ਉਹ ਕੋਰਟ ਮੈਰਿਜ ਉਹਨਾਂ ਦੀ ਹੋ ਚੁੱਕੀ ਆ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਦੀ ਕੋਰਟ ਮੈਰਿਜ ਹੋ ਗਈ ਆ, ਉਹ ਮੁੰਡਾ ਜੇਲ੍ਹ 'ਚੋਂ ਆਇਆ, ਆਣ ਕੇ ਉਹਨੇ ਇਹ ਤਰ੍ਹਾਂ ਦੇ ਹੀ ਕੰਮ ਕੀਤਾ। ਪੁਰਾਣੀ ਰੰਜਿਸ਼ ਕੋਈ ਉਹਦੇ ਗੱਲ ਦੇ ਨਾ, ਹੋਰ ਕੋਈ ਸਿਆੜੇ ਨੇ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ? ਹਾਂਜੀ, ਉਹਦਾ ਕਰਕੇ ਕੀਤਾ। ਮੈਂ ਪੁਲਿਸ ਕੰਪਲੇਂਟ, ਉਹਨਾਂ ਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ, ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋ ਹੋ ਗਿਆ ਕਿ ਉਹਨਾਂ ਦੀ ਕੋਰਟ ਮੈਰਿਜ ਹੋ ਗਈ ਆ, ਅਸੀਂ ਕੁੱਖ ਨਹੀਂ ਕਰ ਸਕਦੇ। ਉਹਨਾਂ ਨੇ ਮੁੰਡੇ ਨੂੰ ਜੇਲ੍ਹ 'ਚੋਂ ਛਡਾਇਆ, ਉਹਦੀ ਘਰਦੀ ਨੇ ਫੋਨ ਕੀਤਾ ਕਿ ਜੇਲ੍ਹ 'ਚੋਂ ਛੁੱਟ ਕੇ ਜਲਦੀ ਆ। ਉਹਨਾਂ ਨੇ ਕੱਲ੍ਹ ਆਣ ਕੇ ਇਹ ਰਾਤ ਸਾਨੂੰ ਪਤਾ ਲੱਗ ਗਿਆ ਕਿ ਉਹ ਮੁੰਡੇ ਨੇ ਕਿਹਨੂੰ ਦੱਸਿਆ ਕਿ ਉਹ ਪਹੁੰਚ ਗਿਆ, ਠੀਕ ਹੈ, ਉਹ ਆਣ ਕੇ ਉਹਨੇ ਰਾਤ ਕੰਮ ਕਰ। ਸ਼ੁਕਰ ਹੈ ਕਿ ਅਸੀਂ ਉਹ ਘਰ ਦੇ ਵਿੱਚ ਨਹੀਂ ਹਾਂ, ਨਹੀਂ ਤਾਂ ਹੋ ਸਕਦਾ ਕਿ ਸਾਨੂੰ ਵੀ ਪਤਾ ਨਹੀਂ ਉਹ ਕਿੰਨੇ ਜਣੇ ਸੀ ਕਿੰਨੇ ਜਣੇ ਨਹੀਂ। ਪੁਲਿਸ ਕੰਪਲੇਂਟ ਕੀਤੀ ਕੋਈ? ਅਜੇ ਤਾਂ ਡਏ ਆ, ਕਾਰਵਾਈ ਚੱਲਣ ਡੇ ਆਏ ਸੀ, ਚੱਲ ਗਏ ਆ, ਪਰ ਅਜੇ ਦਰਖਾਸਤ ਲੈ ਕੇ ਅਸੀਂ ਜਾ ਰਹੇ ਹਾਂ। ਚੋ ਕੀ ਮੰਗ ਕਰਦੇ ਹੋ? ਮੰਗ ਵੇਖੋ ਜੀ, ਸਾਡਾ ਨੁਕਸਾਨ ਜਿਹੜਾ ਹੋਇਆ, ਸਾਰਿਆਂ ਨੂੰ ਪਤਾ ਜਿੱਦਾਂ ਵੀ ਹੋਇਆ, ਸਾਡਾ ਨੁਕਸਾਨ ਦੀ ਪੂਰੀ ਇਹਦਾ ਮੰਗ ਪੂਰਾ ਕਰਨਾ। ਲੱਗਦਾ ਕਾਰਵਾਈ ਹੋਣੀ ਚਾਹੀਦੀ, ਜਿੰਨਾ ਕਾਰਵਾਈ ਪੂਰੀ ਸਾਡੀ ਪੂਰੀ ਮਦਦ ਹੋਣੀ ਚਾਹੀਦੀ ਆ ਕਿ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਉਹ ਭਰਨ। ਕੀ ਗੱਲਬਾਤ ਹੋਈ ਜੀ? ਮੇਰਾ ਨਾਂ ਰਾਜ ਆ ਅਤੇ ਪਿੰਡ ਭੂਰੇ ਗਿੱਲ ਆ। ਅਸੀਂ ਤੁਹਾਨੂੰ ਚਰਚ ਵਿੱਚ ਅਸੀਂ ਸਾਰਾ ਦਿਹਾੜੀ ਉੱਥੇ ਰਹੇ ਹਾਂ ਅਤੇ ਬਾਅਦ ਵਿੱਚ ਅਸੀਂ ਰਾਤ ਵੀ ਉੱਥੇ ਰਹਿ ਗਏ ਅਤੇ ਇਹਨਾਂ ਨੇ ਸਾਡੇ ਘਰ ਤੜਕੇ ਹੀ ਆਣ ਕੇ ਪੌਦੇ ਬੂਹੇ ਅਤੇ ਅੰਦਰੋਂ ਦਰਵਾਜ਼ੇ ਸਾਡੇ ਬੰਦ ਆ ਅਤੇ ਅਸੀਂ ਰੋਣ ਕੱਢਣ ਡੈ ਵੀ ਮੈਂ ਬਾਹਰ ਨੂੰ ਭੱਜ ਗਈ, ਮੈਂ ਕਿ ਕੋਈ ਚੀਜ਼ ਜਿਹੜੇ ਨਹੀਂ ਫੜ ਕੇ ਬੂਹੇ ਖੋਲ੍ਹਨੇ ਆ ਅਤੇ ਇਹਨੂੰ ਮੈਂ ਕਹਿੰਦੀ ਅੰਦਰ ਨਾ ਵੜੀ, ਤੂੰ ਨਾ ਵੜੀ ਕੀਤਾ, ਅੰਦਰ ਬੰਦੇ ਬੈਠੇ ਨੇ, ਬੰਦੇ ਬੈਠੇ ਨੇ, ਬਸ ਇੰਨੀ ਗੱਲ ਉੱਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਦਰਵਾਜ਼ੇ ਭੰਨ ਕੇ ਅੰਦਰ ਰੋਣ ਖੋਲ੍ਹ ਕੇ ਇਹਨਾਂ ਨੇ ਸਮਾਨ ਦੀ ਸਾਡੀ ਕੀਤੀ। LCD ਵੀ ਇਹਨਾਂ ਨੇ ਖੜੀ ਆ, ਉਹ ਸਮਾਨ ਵੀ ਇਹਨਾਂ ਨੇ ਖੜਿਆ, ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾੜੀਆਂ, ਉਹ ਇਹਨਾਂ ਨੇ ਉੱਦਾਂ ਚੁੱਕ ਕੇ ਖੜੀਆਂ, ਬਾਕੀਆਂ ਨੂੰ ਸਾਰਿਆਂ ਨੂੰ ਅੱਗ ਲਾ ਗਈ। ਸਾਰੇ ਘਰ ਨੂੰ ਅੱਗ ਲਾ ਦਿੱਤੀ? ਸਾਰੇ ਘਰ ਨੂੰ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਵੱਧ ਹੋ ਗਿਆ ਤੁਹਾਨੂੰ ਹੁਣ, ਕਿੰਨਾ ਹੋਇਆ? ਕੀ ਮੰਗ ਕਰਦੇ ਜੋ? ਹੁਣ ਜਿੰਨਾ ਮੇਰਾ ਸਮਾਨ ਮੈਨੂੰ ਉਨਾ ਪੂਰਾ ਚਾਹੀਦਾ। ਅਤੇ ਜੀ, ਇਹ ਪਿੰਡ ਸਾਡਾ ਭੂਰੇ ਗਿੱਲ ਦੀ ਵਾਰਦਾਤ ਆ ਜੀ। ਅਸੀਂ ਸਵੇਰੇ ਚੌਂਕੀ ਜੀ, ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ। ਜਿੱਥੇ ਅਸੀਂ ਮੌਕੇ 'ਤੇ ਗਏ, ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਿਆਂ ਨੂੰ ਜਿਹੜੀ ਅੱਗ ਆ ਉਹ ਫਾਇਰ ਬ੍ਰਿਗੇਡ ਨੇ ਬੁਝਾ ਦਿੱਤੀ ਸੀ। ਵਿਲਸਨ ਮਸੀਹ ਦੇ ਘਰ ਅੱਗ ਲੱਗੀ ਆ,
ਅਤੇ ਉੱਥੇ ਉਹਨਾਂ ਨੂੰ ਕਿਹਾ ਵੀ ਲਿਆਓ ਤੁਸੀਂ ਕਾਰਵਾਈ ਕਰੋ, ਪਰ ਉਹਨਾਂ ਜੀ ਕੋਈ ਬਿਆਨ ਨਹੀਂ ਦਿੱਤਾ, ਨਾ ਕੋਈ ਦਰਖਾਸਤ ਦਿੱਤੀ ਆ, ਕਹਿੰਦੇ ਅਸੀਂ ਬਾਅਦ 'ਚ ਆਣ ਕੇ ਮਤਲਬ ਬਿਆਨ ਦੇ ਦੇਵਾਂਗੇ ਅਤੇ ਕਾਰਵਾਈ ਕਰਵਾਉਣਗੇ।